यह है न्यूजीलैंड पैसिफिक ओशियन के दक्षण के विच अते आस्ट्रेलिया तो यह 4000 किलोमीटर दूर है ते दुनिया का दूजा सब तो पीसफुल कंट्री है। ज्यादातर लोग तो न्यूजीलैंड नूं सिर्फ क्रिकेट करके ही जानते नहीं पर न्यूजीलैंड दुनिया के विच बहुत ज्यादा मशहूर है खासकर अपने उच्चे पहाड़ों के लिए सोहनिया लेक के लिए अते बहुत वधिया खाने के लिए। मशहूर फिल्म लॉर्ड्स ऑफ रिंग की शूटिंग भी न्यूजीलैंड दी खूबसूरत वादियों के विच ही हुई है। न्यूजीलैंड का मौसम भी बिल्कुल यूके वर्गा है जाने कि इतने बहुत हल्की गर्मी पैंदी है ते सर्दियां लंबियां हुंदियां ने ते इतने मीह बहुत ज्यादा पैंदे ने पर इस दे बावजूद भी न्यूजीलैंड की आबादी यूके की आबादी का 7% भी नहीं है। जेकर तुसी न्यूजीलैंड के मैप नूं ध्यान दे नाल देखोगे तो तुहानूं पता लगेगा कि न्यूजीलैंड का 80% हिस्सा बिल्कुल खाली पिया है ते उत्थे कोई भी नहीं रहिंदा जदकि न्यूजीलैंड की 70% आबादी इस दे नॉर्थ विच रहिंदी है ते नॉर्थ की 50% आबादी तो कल्ले शहर इस दे ऑकलैंड दे विच ही रहिंदी है। इन्ना सोहना मौसम ते बहुत वधिया सीनरी इत्थे जुर्म ना दे बराबर है ते इत्थों दा लिविंग ऑफ स्टैंडर्ड बहुत ज्यादा उच्चा है पर फिर भी न्यूजीलैंड का 80% हिस्सा क्यों खाली पिया है। अज की इस वीडियो दे विच मैं तुहानूं इन्हां सारियां चीजां बारे ही दसूंगा ते न्यूजीलैंड की पूरी हिस्टरी दसूंगा। सो जुड़े रहो मेरे नाल मैं तुहाडा होस्ट जसप्रीत सिंह ते तुसीं देख रहे हो जो टीवी। जेकर असी वर्ल्ड मैप नूं देखिए तां तुसीं नोटिस करोगे कि न्यूजीलैंड बाकी दुनिया तो बहुत ज्यादा दूर है। मतलब जेकर तुसीं कराची जां मुंबई तो जहाज दे विच बैठो तां पहला पूरा अरेबियन सी फिर तकरीबन सारे इंडियन ओशियन नूं क्रॉस करके 18 तो 22 घंटे की फ्लाइट तो बाद ही तुसीं न्यूजीलैंड पहुंचोगे। हुण सवाल यह भी पैदा हुंदा है कि दुनिया तो इन्ना ज्यादा दूर जाने कि न्यूजीलैंड दे विच इंसान पहली बार पहुंचिया किवें सी। इत्थे लोकां दे अलग अलग विचार ने। जेकर आपां न्यूजीलैंड दी ऑफिशियल वैबसाइट दे उपर जाके देखदे हां इत्थे इह लिखिआ कि अज तों लगभग 1000 साल पहला जाने कि 1320 ਤੋਂ ਲੈ ਕੇ 1350 ਦੇ ਵਿਚਕਾਰ ਵਿਚਕਾਰ ਮੌਰੀ ਲੋਕਾਂ ਨੇ ਨਿਊਜ਼ੀਲੈਂਡ ਨੂੰ ਲੱਭਿਆ ਸੀ। ਮੌਰੀ ਲੋਕ ਉਹ ਨੇ ਜਿਹੜੇ ਪੈਸੀਫਿਕ ਓਸ਼ੀਅਨ ਦੇ ਸਾਰੇ ਆਈਲੈਂਡ ਜਿਨ੍ਹਾਂ ਨੂੰ ਪਲਵੇਸ਼ੀਅਨ ਆਈਲੈਂਡ ਕਿਹਾ ਜਾਂਦਾ ਹੈ ਇਹਨਾਂ ਆਈਲੈਂਡ ਦੇ ਉੱਪਰ ਹੀ ਸਭ ਤੋਂ ਪਹਿਲਾਂ ਮੌਰੀ ਲੋਕ ਰਹਿੰਦੇ ਸਨ। ਮੌਰੀ ਲੋਕ 13ਵੀਂ ਸਦੀ ਦੇ ਆਸ-ਪਾਸ ਇਹਨਾਂ ਸਾਰੇ ਆਈਲੈਂਡ ਨੂੰ ਛੱਡ ਕੇ ਵੱਡੀਆਂ ਵੱਡੀਆਂ ਕਿਸ਼ਤੀਆਂ ਦੇ ਵਿੱਚ ਬੈਠ ਕੇ ਨਿਊਜ਼ੀਲੈਂਡ ਪਹੁੰਚੇ ਸਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹ ਆਪਣੇ ਪੁਰਾਣੇ ਆਈਲੈਂਡ ਛੱਡ ਕੇ ਨਿਊਜ਼ੀਲੈਂਡ ਆਏ ਹੀ ਕਿਉਂ ਸਨ। ਇਹਨਾਂ ਸਾਰੇ ਸਵਾਲਾਂ ਦਾ ਜਵਾਬ ਲੱਭਣ ਦੇ ਲਈ ਜਦੋਂ ਅਸੀਂ ਰਿਸਰਚ ਕੀਤੀ ਤਾਂ ਸਾਨੂੰ ਕੁਝ ਆਰਟੀਕਲ ਤੋਂ ਪਤਾ ਲੱਗਿਆ ਕਿ ਨਿਊਜ਼ੀਲੈਂਡ ਨੂੰ 13ਵੀਂ ਸਦੀ ਦੇ ਵਿੱਚ ਨਹੀਂ ਬਲਕਿ ਉਸ ਤੋਂ 500 ਸਾਲ ਪਹਿਲਾਂ ਲਗਭਗ 750 AD ਦੇ ਵਿੱਚ ਇੱਕ ਕੂਪੇ ਨਾਮ ਦੇ ਮੌਰੀ ਆਦਮੀ ਨੇ ਲੱਭਿਆ ਸੀ। ਕੂਪੇ ਇੱਕ ਮਛਵਾਰਾ ਸੀ ਜਿਹੜਾ ਕਿ ਆਪਣੇ ਪਰਿਵਾਰ ਤੇ ਆਪਣੇ ਕਬੀਲੇ ਦੇ ਲਈ ਮੱਛੀਆਂ ਫੜਦਾ ਸੀ ਤੇ ਫਿਰ ਅਜਿਹਾ ਹੋਣ ਲੱਗਿਆ ਕਿ ਜਦੋਂ ਵੀ ਕੂਪੇ ਜਾਲ ਵਿਛਾਉਂਦਾ ਤੇ ਉਸ ਦੇ ਵਿੱਚ ਜਿਹੜੀਆਂ ਮੱਛੀਆਂ ਫਸਦੀਆਂ ਉਸ ਨੂੰ ਉੱਥੇ ਰਹਿਣ ਵਾਲੇ ਆਕਟੋਪਸ ਖਾ ਜਾਂਦੇ ਤੇ ਇਹਨਾਂ ਲੋਕਾਂ ਦੇ ਹੱਥ ਖਾਣ ਦੇ ਲਈ ਕੁਝ ਵੀ ਨਾ ਲੱਗਦਾ ਤੇ ਇਹਨਾਂ ਸਾਰੇ ਮੌਰੀ ਲੋਕਾਂ ਦਾ ਮੁੱਖ ਭੋਜਨ ਮੱਛੀ ਹੀ ਸੀ ਜਿਸ ਕਰਕੇ ਇਹਨਾਂ ਦੇ ਹਾਲਾਤ ਹੁਣ ਭੁੱਖਮਰੀ ਵਰਗੇ ਬਣ ਗਏ ਸਨ। ਇਹਨਾਂ ਭੁੱਖਮਰੀ ਵਰਗੇ ਹਾਲਾਤਾਂ ਤੋਂ ਬਚਣ ਦੇ ਲਈ ਕੂਪੇ ਤੇ ਉਸ ਦੇ ਸਾਥੀ ਸਮੁੰਦਰ ਦੇ ਵਿੱਚ ਹੋਰ ਕੋਈ ਆਈਲੈਂਡ ਲੱਭਣ ਦੇ ਲਈ ਨਿਕਲ ਗਏ ਜਿੱਥੇ ਕੋਈ ਖਾਣ ਪੀਣ ਦੀ ਕਮੀ ਨਾ ਹੋਵੇ। ਇਸ ਖੋਜ ਦੇ ਲਈ ਕੂਪੇ ਨੇ ਆਪਣੇ ਨਾਲ 20 ਤੋਂ 30 ਲੋਕਾਂ ਨੂੰ ਲਿਆ ਤੇ ਪੈਸੀਫਿਕ ਓਸ਼ਨ ਦੇ ਵਿੱਚ ਨਿਕਲ ਗਿਆ। ਕੁਝ ਦਿਨਾਂ ਦੇ ਸਫ਼ਰ ਤੋਂ ਬਾਅਦ ਹੀ ਇਹਨਾਂ ਨੂੰ ਵੱਡੇ ਵੱਡੇ ਪਹਾੜਾਂ ਵਾਲਾ ਇੱਕ ਆਈਲੈਂਡ ਦਿਸਿਆ। ਇਹ ਆਈਲੈਂਡ ਕੋਈ ਹੋਰ ਨਹੀਂ ਬਲਕਿ ਨਿਊਜ਼ੀਲੈਂਡ ਸੀ। ਇਹ ਆਈਲੈਂਡ ਸਮੁੰਦਰੀ ਖਾਣੇ, ਭੇਡਾਂ, ਬੱਕਰੀਆਂ ਤੇ ਫਲਾਂ ਦੇ ਨਾਲ ਭਰਿਆ ਪਿਆ ਸੀ। ਸਭ ਤੋਂ ਵੱਡੀ ਗੱਲ ਇਸ ਆਈਲੈਂਡ ਦੇ ਉੱਪਰ ਇਹਨਾਂ ਤੋਂ ਬਿਨਾਂ ਕੋਈ ਇਨਸਾਨ ਨਹੀਂ ਸੀ। ਇਹ ਕੂਪੇ ਤੇ ਉਸ ਦੇ ਕਬੀਲੇ ਦੇ ਰਹਿਣ ਦੇ ਲਈ ਬਹੁਤ ਵਧੀਆ ਜਗ੍ਹਾ ਸੀ। ਕੂਪੇ ਆਪ ਉੱਥੇ ਰਿਹਾ ਤੇ ਉਸਨੇ ਆਪਣੇ ਬਾਕੀ ਦੇ ਸਾਥੀਆਂ ਨੂੰ ਕਬੀਲੇ ਦੇ ਵਿੱਚ ਭੇਜਿਆ ਤਾਂ ਕਿ ਉਹ ਉੱਥੋਂ ਸਾਰੇ ਲੋਕਾਂ ਨੂੰ ਲਿਆ ਕੇ ਇੱਥੇ ਆ ਕੇ ਰਹਿਣ ਲੱਗ ਜਾਣ। ਇਸ ਤਰ੍ਹਾਂ ਨਿਊਜ਼ੀਲੈਂਡ ਦੀ ਧਰਤੀ ਦੇ ਉੱਪਰ ਮੌਰੀ ਲੋਕ ਰਹਿਣ ਲੱਗੇ। 17ਵੀਂ ਸਦੀ ਤੱਕ ਮੌਰੀ ਲੋਕ ਬੜੀ ਸ਼ਾਂਤੀ ਅਤੇ ਸਕੂਨ ਦੇ ਨਾਲ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਸਨ ਕਿਉਂਕਿ ਦੁਨੀਆ ਤੋਂ ਇੰਨਾ ਜ਼ਿਆਦਾ ਦੂਰ ਹੋਣ ਕਰਕੇ ਨਾ ਤਾਂ ਉਹਨਾਂ ਨੂੰ ਕਿਸੇ ਤੋਂ ਖਤਰਾ ਸੀ ਤੇ ਨਾ ਹੀ ਉਹਨਾਂ ਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਸੀ। ਪਰ ਇਹ ਸਭ ਕੁਝ ਬਹੁਤ ਜਲਦੀ ਬਦਲਣ ਵਾਲਾ ਸੀ ਕਿਉਂਕਿ ਇੰਗਲੈਂਡ ਹੁਣ ਆਪਣੀ ਤਾਕਤ ਵਧਾਉਣ ਦੇ ਲਈ ਪੂਰੀ ਦੁਨੀਆ ਦੇ ਵਿੱਚ ਫੈਲ ਰਿਹਾ ਸੀ। ਇੰਗਲੈਂਡ ਆਪਣੇ ਖੋਜੀਆਂ ਨੂੰ ਨਵੇਂ-ਨਵੇਂ ਦੇਸ਼ ਲੱਭਣ ਤੇ ਨਵੇਂ ਆਈਲੈਂਡ ਲੱਭਣ ਦੇ ਲਈ ਭੇਜ ਰਿਹਾ ਸੀ ਤਾਂ ਕਿ ਉੱਥੇ ਜਾ ਕੇ ਉਹ ਇੰਗਲੈਂਡ ਦਾ ਕਬਜ਼ਾ ਕਰ ਸਕਣ ਤੇ ਇੰਗਲੈਂਡ ਦੀ ਤਾਕਤ ਨੂੰ ਵਧਾਉਣ। ਇਸੇ ਤਰ੍ਹਾਂ ਇੱਕ ਡੱਚ ਖੋਜੀ ਐਬਲ ਟਾਸਮੈਨ ਇਸ ਆਈਲੈਂਡ ਦੀ ਖੋਜ ਦੇ ਲਈ ਨਿਕਲਿਆ ਸੀ। ਐਬਲ ਟਾਸਮੈਨ ਦੇ ਉੱਪਰ ਇੱਕ ਵੀਡੀਓ ਵੀ ਬਣਾ ਚੁੱਕੇ ਹਾਂ ਕਿ ਕਿਵੇਂ ਉਸਨੇ ਆਸਟ੍ਰੇਲੀਆ ਨੂੰ ਵੀ ਲੱਭਿਆ ਸੀ। ਤੁਸੀਂ ਜ਼ਰੂਰ ਜਾ ਕੇ ਇਸ ਵੀਡੀਓ ਨੂੰ ਦੇਖਣਾ, ਉਸ ਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਪਾਵਾਂਗੇ ਕਿਉਂਕਿ ਉਦੋਂ ਯੂਰਪੀਅਨ ਲੋਕਾਂ ਦਾ ਇਹ ਖਿਆਲ ਸੀ ਕਿ ਦੁਨੀਆ ਦੇ ਇਸ ਹਿੱਸੇ ਦੇ ਵਿੱਚ ਕੋਈ ਨਾ ਕੋਈ ਦੇਸ਼ ਤੇ ਕੋਈ ਨਾ ਕੋਈ ਆਈਲੈਂਡ ਤਾਂ ਜ਼ਰੂਰ ਹੋਵੇਗਾ। ਆਖਰਕਾਰ 1642 ਦੇ ਵਿੱਚ ਟਾਸਮੈਨ ਨੇ ਨਿਊਜ਼ੀਲੈਂਡ ਨੂੰ ਲੱਭ ਹੀ ਲਿਆ ਪਰ ਜਦੋਂ ਐਬਲ ਟਾਸਮੈਨ ਨੇ ਨਿਊਜ਼ੀਲੈਂਡ ਦੇ ਵਿੱਚ ਉਤਰਨ ਦੀ ਤਿਆਰੀ ਕੀਤੀ ਤਾਂ ਉਸ ਦੀ ਮੌਰੀ ਲੋਕਾਂ ਦੇ ਨਾਲ ਬਹੁਤ ਹੀ ਜ਼ਿਆਦਾ ਭਿਆਨਕ ਲੜਾਈ ਹੋਈ ਤੇ ਮਜਬੂਰੀ ਬਸ ਐਬਲ ਟਾਸਮੈਨ ਨੂੰ ਪਿੱਛੇ ਮੁੜਨਾ ਪਿਆ ਤੇ ਫਿਰ 1769 ਦੇ ਵਿੱਚ ਇੱਕ ਬ੍ਰਿਟਿਸ਼ ਆਫੀਸਰ ਜੇਮਸ ਕੁੱਕ ਨਿਊਜ਼ੀਲੈਂਡ ਪਹੁੰਚਿਆ ਤੇ ਇੱਕ ਵਾਰ ਫਿਰ ਤੋਂ ਜੇਮਸ ਦੇ ਫੌਜੀਆਂ ਤੇ ਮੌਰੀ ਦੇ ਲੋਕਾਂ ਦੇ ਵਿੱਚ ਜ਼ਬਰਦਸਤ ਲੜਾਈ ਹੁੰਦੀ ਹੈ। ਇਸ ਲੜਾਈ ਦੇ ਵਿੱਚ ਮੌਰੀ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਉਹਨਾਂ ਦੇ ਕਈ ਕਬੀਲਿਆਂ ਦੇ ਮੁਖੀ ਇਸ ਲੜਾਈ ਦੇ ਵਿੱਚ ਮਾਰੇ ਜਾਂਦੇ ਨੇ। ਇਸ ਲੜਾਈ ਕਾਰਨ ਜੇਮਸ ਕੁੱਕ ਨੂੰ ਵੀ ਵਾਪਸ ਇੰਗਲੈਂਡ ਨੂੰ ਮੁੜਨਾ ਪਿਆ ਪਰ ਉਸਨੇ ਨਿਊਜ਼ੀਲੈਂਡ ਤੋਂ ਲੈ ਕੇ ਇੰਗਲੈਂਡ ਤੱਕ ਦਾ ਸਾਰੇ ਰਾਸਤੇ ਦਾ ਆਪਣਾ ਇੱਕ ਮੈਪ ਬਣਾ ਲਿਆ ਤੇ ਇਸ ਮੈਪ ਦੇ ਸਹਾਰੇ 18ਵੀਂ ਸਦੀ ਦੇ ਵਿੱਚ ਯੂਰਪੀਅਨ ਐਂਡ ਪਹੁੰਚਣੇ ਸ਼ੁਰੂ ਹੋਏ। ਪਰ ਇਸ ਵਾਰ ਯੂਰਪੀਅਨ ਲੋਕਾਂ ਨੇ ਮੌਰੀ ਲੋਕਾਂ ਦੇ ਨਾਲ ਬੜੀ ਚਲਾਕੀ ਦੇ ਨਾਲ ਇੱਕ ਡੀਲ ਕੀਤੀ। ਯੂਰਪੀਅਨ
ਦੇ ਲੋਕਾਂ ਨੇ ਮੌਰੀ ਲੋਕਾਂ ਨੂੰ ਵਪਾਰ ਦਾ ਲਾਲਚ ਦੇ ਕੇ ਉੱਥੇ ਆਪਣੀ ਇੱਕ ਬੰਦਰਗਾਹ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਹੌਲੀ ਹੌਲੀ ਇੰਗਲੈਂਡ ਸਟੈਪ ਵਾਈਜ਼ ਅੱਗੇ ਵਧਿਆ ਤੇ ਉਹਨਾਂ ਨੇ 100 ਸਾਲਾਂ ਬਾਅਦ ਪੂਰੇ ਨਿਊਜ਼ੀਲੈਂਡ ਦੇ ਉੱਪਰ ਆਪਣਾ ਕਬਜ਼ਾ ਕਰ ਲਿਆ। ਬ੍ਰਿਟਿਸ਼ ਅਤੇ ਮੌਰੀ ਲੋਕਾਂ ਦੇ ਦੌਰਾਨ 1840 ਦੇ ਵਿੱਚ ਇੱਕ ਸੰਧੀ ਵੀ ਹੋਈ ਜਿਸ ਨੂੰ ਦਾ ਟ੍ਰੈਂਟੀ ਆਫ ਬੇਤਾਂਕੀ ਕਿਹਾ ਜਾਂਦਾ ਹੈ। ਇਸ ਸੰਧੀ ਤੋਂ ਬਾਅਦ ਆਫੀਸ਼ੀਅਲੀ ਨਿਊਜ਼ੀਲੈਂਡ ਬ੍ਰਿਟਿਸ਼ ਅੰਪਾਇਰ ਦਾ ਹਿੱਸਾ ਬਣ ਗਿਆ। ਜਦੋਂ ਇਹ ਸੰਧੀ ਹੁੰਦੀ ਹੈ ਤਾਂ ਉਸ ਟਾਈਮ ਮੌਰੀ ਲੋਕਾਂ ਦੀ ਆਬਾਦੀ ਨਿਊਜ਼ੀਲੈਂਡ ਦੇ ਵਿੱਚ 2 ਲੱਖ ਸੀ, ਪਰ ਅਗਲੇ 100 ਸਾਲਾਂ ਦੇ ਵਿੱਚ ਇਹਨਾਂ ਦੀ ਆਬਾਦੀ ਘਟ ਕੇ ਸਿਰਫ 40,000 ਰਹਿ ਗਈ। ਮੌਰੀ ਲੋਕਾਂ ਦੀ ਆਬਾਦੀ ਵਧਣ ਦੇ ਬਜਾਏ ਘਟਣ ਦੇ ਪਿੱਛੇ 2 ਕਾਰਨ ਸਨ, ਕਿਉਂਕਿ ਜਦੋਂ ਯੂਰਪੀਅਨ ਲੋਕ ਨਿਊਜ਼ੀਲੈਂਡ ਦੇ ਵਿੱਚ ਆਏ ਤਾਂ ਉਹ ਆਪਣੇ ਨਾਲ ਯੂਰਪ ਤੋਂ ਕਈ ਬਿਮਾਰੀਆਂ ਵੀ ਲੈ ਕੇ ਆਏ, ਜਿਸ ਦੇ ਕਾਰਨ ਮੌਰੀ ਲੋਕ ਇਹਨਾਂ ਬਿਮਾਰੀਆਂ ਦੀ ਚਪੇਟ ਦੇ ਵਿੱਚ ਆ ਕੇ ਮਰਨ ਲੱਗੇ। ਦੂਜਾ, 19ਵੀਂ ਸਦੀ ਦੇ ਵਿੱਚ ਨਿਊਜ਼ੀਲੈਂਡ ਇੱਕ ਬਹੁਤ ਜ਼ਿਆਦਾ ਖਤਰਨਾਕ ਜਗ੍ਹਾ ਬਣ ਚੁੱਕਿਆ ਸੀ, ਕਿਉਂਕਿ ਇੰਗਲੈਂਡ ਤੇ ਮੌਰੀ ਲੋਕਾਂ ਦੇ ਵਿਚਕਾਰ ਜਿਹੜੀ ਸੰਧੀ ਹੋਈ ਸੀ, ਉਸ ਸੰਧੀ ਤੋਂ 5 ਸਾਲਾਂ ਬਾਅਦ ਹੀ ਮੌਰੀ ਲੋਕ ਅਤੇ ਇੰਗਲੈਂਡ ਦੇ ਵਿਚਕਾਰ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਲੜਾਈਆਂ ਹੋਣ ਲੱਗੀਆਂ ਤੇ ਇਹ ਲੜਾਈਆਂ ਲਗਾਤਾਰ 40 ਸਾਲਾਂ ਤੱਕ ਚੱਲਦੀਆਂ ਰਹੀਆਂ ਤੇ ਇਹ ਲੜਾਈਆਂ ਦੇ ਵਿੱਚ ਜ਼ਿਆਦਾਤਰ ਮੌਰੀ ਲੋਕ ਹੀ ਮਾਰੇ ਗਏ ਸਨ ਤੇ ਲੜਾਈਆਂ ਦਾ ਇਹ ਸਾਰਾ ਸਿਲਸਿਲਾ 1881 ਦੇ ਵਿੱਚ ਜਾ ਕੇ ਰੁਕਿਆ, ਜਦੋਂ ਮੌਰੀ ਕਬੀਲੇ ਦੇ ਸਾਰੇ ਵੱਡੇ ਮੁਖੀ ਸਰਦਾਰ ਮਾਰੇ ਗਏ ਸਨ ਤੇ ਮੌਰੀ ਲਗਭਗ ਆਪਣੀ ਇਹ ਲੜਾਈ ਹੁਣ ਹਾਰ ਚੁੱਕੇ ਸੀ। ਹੁਣ ਬ੍ਰਿਟਿਸ਼ ਨੂੰ ਵੀ ਇਹ ਚੀਜ਼ ਦਾ ਪਤਾ ਲੱਗ ਗਿਆ ਸੀ ਕਿ ਮੌਰੀ ਲੋਕਾਂ ਨੂੰ ਨਾਲ ਲਏ ਬਿਨਾਂ ਅਸੀਂ ਨਿਊਜ਼ੀਲੈਂਡ ਦੇ ਵਿੱਚ ਅੱਗੇ ਤਰੱਕੀ ਨਹੀਂ ਕਰ ਸਕਦੇ। ਇਸ ਤੋਂ ਬਾਅਦ ਬ੍ਰਿਟਿਸ਼ ਨੇ ਮੌਰੀ ਲੋਕਾਂ ਨੂੰ ਅਹਿਮੀਅਤ ਦੇਣੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੂੰ ਹਰ ਕੰਮ ਦੇ ਵਿੱਚ ਉਹ ਆਪਣਾ ਭਾਈਵਾਲ ਬਣਾਉਣ ਲੱਗੇ। ਇੱਥੋਂ ਹੀ ਨਿਊਜ਼ੀਲੈਂਡ ਦੀ ਸ਼ਾਂਤੀ ਅਤੇ ਤਰੱਕੀ ਦਾ ਸਫ਼ਰ ਸ਼ੁਰੂ ਹੁੰਦਾ ਹੈ। ਹੁਣ ਆਪਾਂ ਆਉਂਦੇ ਹਾਂ ਉਸ ਪੁਆਇੰਟ ਤੇ ਕਿ ਨਿਊਜ਼ੀਲੈਂਡ ਦਾ 80% ਹਿੱਸਾ ਖਾਲੀ ਕਿਉਂ ਪਿਆ ਹੈ, ਉਸ ਦੇ ਪਿੱਛੇ ਕੀ ਕਾਰਨ ਨੇ। ਨਿਊਜ਼ੀਲੈਂਡ ਦੇ ਇਸ ਏਰੀਏ ਦੇ ਵਿੱਚ ਬਹੁਤ ਵੱਡੇ ਵੱਡੇ ਪਹਾੜ ਨੇ ਤੇ ਇਹ ਪਹਾੜ ਵੀ ਇਸ ਤਰ੍ਹਾਂ ਦੇ ਨੇ ਕਿ ਇੱਥੇ ਰੋਡ ਨਹੀਂ ਨਿਕਲ ਸਕਦਾ, ਇਸ ਲਈ ਨਿਊਜ਼ੀਲੈਂਡ ਦੀ ਜ਼ਿਆਦਾ ਆਬਾਦੀ ਨਾਰਦਰਨ ਆਈਲੈਂਡ ਦੇ ਉੱਪਰ ਹੀ ਰਹਿੰਦੀ ਹੈ ਤੇ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਇੱਕ ਸਮੱਸਿਆ ਹੋਰ ਆ ਰਹੀ ਸੀ, ਉਹ ਸੀ ਘੱਟ ਆਬਾਦੀ ਦੀ। ਘੱਟ ਆਬਾਦੀ ਦਾ ਹੱਲ ਕਰਨ ਦੇ ਲਈ ਨਿਊਜ਼ੀਲੈਂਡ ਨੇ ਵਰਲਡ ਵਾਰ 2 ਤੋਂ ਬਾਅਦ ਆਪਣੇ ਇਮੀਗ੍ਰੇਸ਼ਨ ਦੇ ਜਿਹੜੇ ਰੂਲ ਸੀ ਉਹਨਾਂ ਨੂੰ ਕੁਝ ਨਰਮ ਕੀਤਾ, ਕਿਉਂਕਿ ਵਰਲਡ ਵਾਰ 2 ਤੋਂ ਪਹਿਲਾਂ ਨਿਊਜ਼ੀਲੈਂਡ ਦੇ ਵਿੱਚ ਕੋਈ ਵੀ ਗੈਰ ਅੰਗਰੇਜ਼ ਐਂਟਰ ਨਹੀਂ ਕਰ ਸਕਦਾ ਸੀ, ਯਾਨੀ ਕਿ ਉੱਥੇ ਚਿੱਟੇ ਲੋਕਾਂ ਤੋਂ ਬਿਨਾਂ ਕੋਈ ਨਹੀਂ ਜਾ ਸਕਦਾ ਸੀ ਤੇ ਇਸ ਕਾਰਨ ਹੀ 1950 ਤੱਕ ਨਿਊਜ਼ੀਲੈਂਡ ਦੀ ਆਬਾਦੀ ਬਿਲਕੁਲ ਸਥਿਰ ਰਹੀ, ਯਾਨੀ ਕਿ ਉਸ ਦੇ ਵਿੱਚ ਕੋਈ ਵਾਧਾ ਨਹੀਂ ਹੋਇਆ। ਪਰ ਜਦੋਂ ਇਹ ਰੂਲ ਖਤਮ ਹੋਇਆ ਤਾਂ ਚਾਈਨਾ, ਫਿਲੀਪੀਨ ਤੇ ਇੰਡੀਆ ਤੋਂ ਲੋਕ ਜਾ ਕੇ ਨਿਊਜ਼ੀਲੈਂਡ ਦੇ ਵਿੱਚ ਰਹਿਣ ਲੱਗੇ। ਅੱਜ ਨਿਊਜ਼ੀਲੈਂਡ ਦੀ ਆਬਾਦੀ ਦਾ 27% ਹਿੱਸਾ ਉਹ ਪ੍ਰਵਾਸੀ ਲੋਕ ਨੇ ਜਿਹੜੇ ਨਿਊਜ਼ੀਲੈਂਡ ਤੋਂ ਬਾਹਰ ਪੈਦਾ ਹੋਏ ਨੇ ਤੇ ਜ਼ਿਆਦਾਤਰ ਪ੍ਰਵਾਸੀ ਲੋਕ ਆਕਲੈਂਡ ਦੇ ਆਸ-ਪਾਸ ਦੇ ਇਲਾਕੇ ਦੇ ਵਿੱਚ ਹੀ ਰਹਿੰਦੇ ਨੇ। ਇਸ ਲਈ ਹੁਣ ਆਕਲੈਂਡ ਸ਼ਹਿਰ ਕਾਫੀ ਮਹਿੰਗਾ ਸ਼ਹਿਰ ਹੋ ਗਿਆ ਹੈ ਘਰ ਖਰੀਦਣ ਦੇ ਲਈ। ਇਸ ਪ੍ਰੋਬਲਮ ਨੂੰ ਹੱਲ ਕਰਨ ਦੇ ਲਈ ਨਿਊਜ਼ੀਲੈਂਡ ਦੀ ਸਰਕਾਰ ਹੁਣ $8,000 ਦੇ ਰਹੀ ਹੈ ਕਿ ਲੋਕ ਆਕਲੈਂਡ ਤੋਂ 100 ਕਿਲੋਮੀਟਰ ਦੂਰ ਵਾਈਕੋਟੋ ਦੇ ਵਿੱਚ ਜਾ ਕੇ ਰਹਿਣ ਲੱਗਣ। ਨਿਊਜ਼ੀਲੈਂਡ ਦੀ ਸਾਰੀ ਖੇਤੀਬਾੜੀ ਜਾਂ ਕਹੀਏ ਐਗਰੀਕਲਚਰ ਪਸ਼ੂਆਂ ਦਾ ਮੀਟ ਐਕਸਪੋਰਟ ਕਰਨ ਦੇ ਨਾਲ ਹੀ ਚੱਲਦਾ ਹੈ ਤੇ ਨਿਊਜ਼ੀਲੈਂਡ ਦੇ ਨਾਰਦਰਨ ਆਈਲੈਂਡ ਦੇ ਵਿੱਚ ਬਾਰਿਸ਼ਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਜਿਸ ਕਾਰਨ ਉੱਥੋਂ ਦੀਆਂ ਜ਼ਮੀਨਾਂ ਹਰੀਆਂ ਭਰੀਆਂ ਨੇ। ਇਸ ਕਾਰਨ ਇੱਥੇ ਬਹੁਤ ਵੱਡੀ ਸੰਖਿਆ ਦੇ ਵਿੱਚ ਭੇਡਾਂ ਤੇ ਗਾਵਾਂ ਵੀ ਹੁੰਦੀਆਂ ਨੇ। ਅੱਜ ਦੇ ਸਮੇਂ ਨਿਊਜ਼ੀਲੈਂਡ ਦੀ ਆਬਾਦੀ ਲਗਭਗ 50 ਲੱਖ ਹੈ, ਜਦਕਿ ਇੱਥੇ ਰਹਿਣ ਵਾਲੀ ਭੇਡਾਂ ਤੇ ਗਾਵਾਂ ਦੀ ਸੰਖਿਆ ਲਗਭਗ 3 ਕਰੋੜ ਹੈ। ਇਸ ਲਈ ਨਿਊਜ਼ੀਲੈਂਡ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਮਟਨ ਅਤੇ ਭੇਡਾਂ ਦੀ ਉੱਨ ਦਾ ਐਕਸਪੋਰਟ ਕਰਦਾ ਹੈ ਪੂਰੀ ਦੁਨੀਆ ਦੇ ਵਿੱਚ। ਨਿਊਜ਼ੀਲੈਂਡ ਆਪਣੇ 95% ਮੀਟ ਨੂੰ ਪੂਰੀ ਦੁਨੀਆ ਦੇ ਵਿੱਚ ਵੇਚਦਾ ਹੈ ਤੇ 2019 ਦੇ ਵਿੱਚ ਮਟਨ ਦੇ ਐਕਸਪੋਰਟ ਦੇ ਨਾਲ ਹੀ ਨਿਊਜ਼ੀਲੈਂਡ ਨੇ $46 ਬਿਲੀਅਨ ਕਮਾਏ ਸਨ। ਨਿਊਜ਼ੀਲੈਂਡ ਪੂਰੀ ਦੁਨੀਆ ਦੀ 50ਵੀਂ ਸਭ ਤੋਂ ਵੱਡੀ ਇਕਨੋਮੀ ਹੈ ਤੇ ਨਿਊਜ਼ੀਲੈਂਡ ਦੀ ਕਮਾਈ ਦਾ ਮੁੱਖ ਸਾਧਨ ਖੇਤੀਬਾੜੀ ਅਤੇ ਮੀਟ ਦਾ ਐਕਸਪੋਰਟ ਹੀ ਹੈ। ਇਸ ਜੀ ਨਿਊਜ਼ੀਲੈਂਡ ਦੀ ਪੂਰੀ ਹਿਸਟਰੀ, ਉਸ ਦੇ ਨਾਲ ਜੁੜੇ ਹੋਏ ਕੁਝ ਰੌਚਕ ਤੱਥ ਤੇ ਨਿਊਜ਼ੀਲੈਂਡ ਦਾ 80% ਹਿੱਸਾ ਕਿਉਂ ਖਾਲੀ ਪਿਆ ਹੈ ਤੇ ਉੱਥੋਂ ਦੀ ਆਬਾਦੀ ਕਿਉਂ ਘੱਟ ਹੈ, ਇਹਨਾਂ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।